ਬਾਈ ਜੀ ਇਹਦੇ ਇਹਦੇ ਵਿੱਚ ਕੋਈ ਆਇਆ ਤਾਂ ਨਹੀਂ ਗਾ, ਮਤਲਬ ਬਚਾ ਰਿਹਾ? ਹਾਂ ਬਚਾ ਰਹੇ, ਬਚਤ ਰਹੀ ਹੈ ਟਰਾਲੀ ਦਾ ਹਾਲ ਘੱਟੋ ਘੱਟ 20 ਫੁੱਟ ਪਰਾਂ ਸੀ। ਅੱਛਾ, 20 ਫੁੱਟ ਪਰਾਂ ਸੀ। ਤਬਾਈ ਤੋਂ ਬਾਅਦ ਟਰਾਲੀ ਦਾ ਹਾਲ ਦੇਖੋ ਦੋਸਤ, ਆ ਤੁਸੀਂ ਦੇਖੋ ਘਰਾਂ ਦੇ ਵਿੱਚ ਬਾਗ ਦੇ ਬੂਟੇ ਜਾ ਚੁੱਕੇ ਹੈ। ਆ ਤੁਸੀਂ ਦੇਖੋ ਬਾਗ ਕਿੱਥੋਂ ਪੱਟਿਆ ਗਿਆ ਤੇ ਕਿੱਥੇ ਆ ਗਿਆ। ਆ ਬਾਈ ਜੀ ਦਾ ਘਰ ਸੀਗਾ ਸਾਹਮਣੇ ਇਸ ਬਾਗ ਦੇ। ਬਾਈ ਦੱਸੋ ਮਾੜਾ ਜਿਹਾ, ਕਦੋਂ ਦਾ ਤੁਸੀਂ ਕਿੱਥੇ ਸੀਗੇ ਜਦੋਂ ਇਹ? ਅਸੀਂ ਉਸ ਟਾਈਮ ਘਰੇ ਸੀਗੇ ਜੀ, ਕੱਲ ਤਿੰਨ ਤਕਰੀਬਨ 3 ਵਜੇ ਦਾ ਟਾਈਮ ਆ ਜੀ ਸ਼ਾਮ ਦਾ। ਅੱਛਾ, ਜਦੋਂ ਇਹ ਅਸੀਂ ਬਵੰਡਰ ਜਿਵੇਂ ਤੂਫਾਨ ਚੱਕਰਵਰਤੀ, ਅੱਛਾ, ਅਸੀਂ ਕੁਛ ਦੂਰੀ ਤੇ ਸਾਨੂੰ 200 ਮੀਟਰ ਤੇ ਇਸ ਤਰ੍ਹਾਂ ਸਾਨੂੰ ਦਿਖਾਈ ਦਿੱਤਾ। ਅੱਛਾ, ਤੇ ਕਾਫੀ ਉਹਦਾ ਕੋਈ ਅੰਦਾਜ਼ਾ ਨਹੀਂ ਸੀਗਾ ਵੀ ਉਹਦਾ ਜੋ ਹਿਸਾਬ ਕਿਤਾਬ ਸੀ ਵੀ ਬਹੁਤ ਤੇਜ਼ ਤੇ ਆਵਾਜ਼ ਵੀ ਸਾਨੂੰ ਆ ਰਹੀ ਸੀ ਤੇ ਅਸੀਂ ਆਵਾਜ਼ ਤੋਂ ਹੀ ਡਰਦੇ ਸੀਗੇ। ਪਰਿਵਾਰ ਸਾਡਾ ਪੂਰਾ ਸਹਿਮ ਗਿਆ ਵੀ ਆਹ ਕੀ ਹੋ ਗਿਆ। ਤੇ ਫਿਰ ਉਹ ਇਸ ਤਰ੍ਹਾਂ ਵੀ ਬਕੈਣ ਨੂੰ ਵਧਿਆ, ਵਧ ਕੇ ਤੇ ਫਿਰ ਇਸ ਤਰ੍ਹਾਂ ਵੀ ਜੇ ਉਹਦੀ ਚਪੇਟ ਦੇ ਵਿੱਚ ਜੋ ਵੀ ਆਇਆ ਨੁਕਸਾਨ ਕਰਦਾ ਗਿਆ ਜੀ। ਦੋਸਤੋ ਦੇਖੋ ਤੁਸੀਂ ਬਾਈ ਜੀ ਕੇ ਘਰੇ ਉੱਡ ਕੇ ਆਏ ਨੇ ਜੀ, ਕਿੰਨੀ ਤਬਾਹੀ ਮਚਾਈ ਆ ਪਹਿਲਾਂ। ਆ ਬੂਟੇ ਦੇਖੋ ਕਿੱਥੋਂ ਉੱਡ ਕੇ, ਆ ਸਾਹਮਣੇ ਬਾਗ, ਇਸ ਬਾਗ ਚ ਉੱਡਿਆ? ਹਾਂਜੀ ਹਾਂਜੀ, ਬਾਗ ਚ ਉੱਡ ਕੇ, ਇਸ ਬਾਗ ਚ ਉੱਡ ਕੇ ਤੇ ਇਧਰ ਇਸ ਥਾਂ ਤੇ ਬੂਟਾ ਆ ਗਿਆ। ਤੁਸੀਂ ਆਪ ਦੇਖ ਲੋ ਵੀ ਕਿੰਨਾ ਮਤਲਬ ਕਿ ਮੰਜ਼ਰ ਖਤਰਨਾਕ ਹੋਊਗਾ। ਫਰਸ਼ ਵੀ ਉੱਡ ਗਿਆ ਜਦੋਂ ਗੋਲ ਘੁੰਮਿਆ ਉਦੋਂ। ਹਾਂਜੀ ਹਾਂਜੀ ਹਾਂਜੀ। ਆ ਦੇਖੋ ਦੋਸਤੋ।